ਲੁਧਿਆਣਾ ਦੇ ਸ਼ਕਤੀ ਨਗਰ ਵਿਖੇ ਜੀਟੀ ਰੋਡ ਦੇ ਲਾਗੇ ਕੂੜੇ ਦੇ ਢੇਰ ਵਿੱਚ ਇੱਕ 2-3 ਦਿਨਾਂ ਦੀ ਨਵਜਾਤ ਬੱਚੀ ਮਿਲਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਮੌਕੇ ਮਿਲੀ ਜਾਣਕਾਰੀ ਅਨੁਸਾਰ ਕ੍ਰਿਸ਼ਨ ਨਾਮਕ ਵਿਅਕਤੀ ਦੁਪਹਿਰ ਵੇਲੇ ਫੈਕਟਰੀ ਤੋਂ ਘਰ ਜਾਣ ਲਈ ਜਾ ਰਿਹਾ ਸੀ ਤੇ ਰਸਤੇ 'ਚ ਲੱਗੇ ਕੂੜੇ ਦੇ ਢੇਰ ਦੇ ਬੱਚੇ ਦੀ ਰੋਣ ਦੀ ਆਵਾਜ਼ ਆਈ ਤੇ ਉਸਨੇ ਜਾ ਕੇ ਦੇਖਿਆ ਕਿ ਇੱਕ 2-3 ਦਿਨਾਂ ਦੀ ਬੱਚੀ ਤੋਲੀਏ 'ਚ ਲਪੇਟ ਕੇ ਸੁੱਟੀ ਹੋਈ ਹੈ। ਕ੍ਰਿਸ਼ਨ ਕੁਮਾਰ ਨੇ ਬੱਚੀ ਨੂੰ ਚੁੱਕ ਕੇ ਆਪਣੇ ਘਰ ਲੈ ਗਿਆ ਤੇ ਪੁਲਿਸ ਨੂੰ ਇਤਲਾਹ ਦਿੱਤੀ। ਉੱਥੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਬੱਚੀ ਦਾ ਸਿਵਲ ਹਸਪਤਾਲ 'ਚ ਮੈਡੀਕਲ ਕਰਾ ਕੇ ਫਿਲਹਾਲ ਬੱਚੀ ਨੂੰ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਹੈ, ਜਿੱਥੇ ਡਾਕਟਰਾਂ ਨੇ ਬੱਚੀ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਹੈ। ਜ਼ਿਕਰਯੋਗ ਹੈ ਕਿ ਜਿਸ ਵੇਲੇ ਬੱਚੀ ਮਿਲੀ ਉਸ ਵੇਲੇ ਜ਼ੋਰਦਾਰ ਬਾਰਿਸ਼ ਹੋ ਰਹੀ ਸੀ। ਇੰਨੀ ਤੇਜ਼ ਬਾਰਿਸ਼ ਤੋਂ ਹੋਣ ਤੋਂ ਬਾਅਦ ਵੀ ਬੱਚੀ ਬਿਲਕੁਲ ਠੀਕ ਸੀ। ਇੱਥੇ ਦੱਸਦੀ ਹੈ ਕਿ ਕੂੜੇ ਦੇ ਢੇਰ ਤੇ ਘੁੰਮਦੇ ਫਿਰਦੇ ਰਹਿੰਦੇ ਹਨ। ਗਨੀਮਤ ਇਹ ਰਿਹਾ ਕਿ ਤੇਜ਼ ਬਾਰਿਸ਼ ਕਰਕੇ ਕੁੱਤੇ ਵੀ ਉੱਥੇ ਨਹੀਂ ਸਨ। ਇੱਥੋਂ ਸਾਬਤ ਹੁੰਦਾ ਹੈ ਕਿ ਜਾਖੋ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਈ। ਮੈਂ ਕੰਮ ਤੋਂ ਲੈਂਚ ਵਾਸਤੇ ਘਰੇ ਜਾ ਰਿਹਾ ਸੀ, ਠੀਕ ਹੈ ਜੀ। ਮੈਂ ਰਾਹ 'ਚ ਰੁੱਕ ਕੇ ਬਾਥਰੂਮ ਕਰਨ ਲੱਗਿਆ, ਉੱਥੇ ਕੂੜੇ ਦੇ ਵਿੱਚ ਮੈਨੂੰ ਤੌਲੀਏ 'ਤੇ ਲਿਪਟਿਆ ਹੋਇਆ ਬੱਚਾ ਮਿਲਿਆ। ਮੈਂ ਲੈ ਕੇ ਥਾਣੇ ਗਿਆ, ਥਾਣੇ ਤੋਂ ਸਿਵਲ ਹਸਪਤਾਲ। ਕਿੰਨੇ ਕੁ ਦਿਨ ਦਾ ਬੱਚਾ ਲੱਗ ਰਿਹਾ? 1 ਜਾਂ 2 ਦਿਨ ਦਾ ਬੱਚਾ ਲੱਗ ਰਿਹਾ। ਅਤੇ ਕੀ ਕਹਿਣਾ ਚਾਹੁੰਗੇ ਜਿਹੜਾ ਬੱਚਾ ਸਿੱਟਿਆ ਹੋਇਆ ਤੁਸੀਂ ਹਸਪਤਾਲ ਲੈ ਗਏ ਟ੍ਰੀਟਮੈਂਟ ਵਾਸਤੇ ਲੈ ਕੇ? ਟ੍ਰੀਟਮੈਂਟ ਅਜੇ ਹੋਇਆ ਨਹੀਂ ਹੈਗਾ, ਟ੍ਰੀਟਮੈਂਟ ਹੋਇਆ। ਡਾਕਟਰ ਕੀ ਕਹਿੰਦੇ ਬੱਚਾ ਠੀਕ ਹੈ? ਬੱਚਾ ਠੀਕ ਹੈ, ਤੰਦਰੁਸਤ ਹੈ। ਅਤੇ ਹੁਣ ਬੱਚੇ ਨੂੰ ਤੁਸੀਂ ਖੁਦ ਰੱਖਣਾ ਚਾਹੁੰਦੇ ਹੋ ਕਿ ਅੱਗੇ ਦਿਓਗੇ? ਇਹ ਜੀ ਜਿੱਦਾਂ ਪੁਲਿਸ ਵਾਲੇ ਕਹੋਗੇ ਉੱਦਾਂ ਹੀ ਕਰਾਂਗੇ ਜੀ। ਮੈਂ ਖੁਦ ਵੀ ਰੱਖ ਸਕਦਾ, ਜੇ ਪਰਮਿਸ਼ਨ ਮਿਲ ਜਾਏ ਤਾਂ ਮੈਂ ਖੁਦ ਹੀ ਰੱਖਾਂਗਾ। ਅਤੇ ਇਹ ਆਪਣੇ ਕ੍ਰਿਸ਼ਨ ਕੁਮਾਰ ਜੀ ਬੱਚੇ ਲੈ ਕੇ ਥਾਣੇ ਆਏ, ਆਰਟੀਪਾ ਥਾਣੇ ਆ ਕੇ ਤੁਹਾਨੂੰ ਦੱਸਿਆ ਜੀ ਇਹ ਬੱਚਾ ਜਿਹੜਾ ਹੈਗਾ ਸੁਭਾਸ਼ ਨਗਰ ਪੂਰਾ ਡੈਪ ਦੇ ਕੋਲ ਇਹ ਬਾਥਰੂਮ ਕਰਦਾ ਜੋ ਫੋਨ ਮਿਲਿਆ ਇਹਨਾਂ ਨੂੰ। ਮਿਲਣ ਤੋਂ ਬਾਅਦ ਜੇ ਕਰਦੇ ਆਪਦੇ ਨੁਹਾ ਧੁਆ ਕੇ ਕੱਪੜੇ ਕਿਤੇ ਥਾਣੇ ਆਏ, ਥਾਣੇ ਉਹ ਲਿਆ ਕੇ ਤੇ ਅਸੀਂ ਅਫਸਰਾਂ ਦੀ ਨੋਟਿਸ ਲਿਆਂਦੀ ਕਰ ਅਫਸਰਾਂ ਨੇ ਮਿੰਟੋ ਮਿੰਟੀ ਜੀ ਇਹਨਾਂ ਨੂੰ ਸਿਵਲ ਹਸਪਤਾਲ ਲਿਆਉਣ ਦਾ ਟ੍ਰੀਟਮੈਂਟ ਵਾਸਤੇ। ਡਾਕਟਰ ਸਾਹਿਬ ਕਹਿੰਦੇ ਕਿ ਬੱਚਾ ਜਿਹੜਾ ਹੈਗਾ ਠੀਕ ਆ, ਬਾਕੀ ਜੀ ਹਜੇ ਕਾਰਵਾਈ। ਜਾਗਤੀ ਲੈਣ ਲਈ ਲੁਧਿਆਣਾ ਤੋਂ ਵਿਪਨ ਜੌਹਰ ਦੀ ਰਿਪੋਰਟ।